कैप्टन अमरिंदर सिंह ने 11 विकास कार्यों का किया ऑनलाइन उद्घाटन। पिंडां दे स्मार्ट पिंड बनाउण दा एक उद्घाटन माननीय मुख्यमंत्री जी ने ते राहुल गांधी जी ने किया। कैबिनेट मंत्री चरणजीत सिंह चन्नी ने उद्घाटन समागम च की शिरकत। काले कानून जेडे केंद्र सरकार ने अकाली दल ते बीजेपी ने कट्ठे होके लियांदे है। ਲੋਕ ਮਰਿੰਡਾ ਦੇ 8 ਪਿੰਡਾਂ ਵਿੱਚ ਵੱਖੋ ਵੱਖ ਥਾਵਾਂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ 11 ਵਿਕਾਸ ਕਾਰਜਾਂ ਦਾ ਆਨਲਾਈਨ ਉਦਘਾਟਨ ਕੀਤਾ ਗਿਆ, ਜਿਸ ਦੇ ਤਹਿਤ ਅੱਜ ਸ੍ਰੀ ਚਮਕੌਰ ਸਾਹਿਬ ਦੇ ਹਲਕਾ ਵਿਧਾਇਕ ਚਰਨਜੀਤ ਸਿੰਘ ਚੰਨੀ ਕੈਬਨਿਟ ਮੰਤਰੀ ਪੰਜਾਬ ਵੱਲੋਂ ਹਲਕਾ ਚਮਕੌਰ ਸਾਹਿਬ ਦੇ ਪਿੰਡਾਂ ਦੇ ਉਦਘਾਟਨ ਸਮਾਗਮਾਂ ਵਿੱਚ ਸ਼ਿਰਕਤ ਕੀਤੀ ਗਈ। ਇਸ ਸੰਬੰਧੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਲਗਾਤਾਰ ਯਤਨਸ਼ੀਲ ਹੈ, ਜਿਸ ਦੇ ਚਲਦਿਆਂ ਹਲਕਾ ਸ੍ਰੀ ਚਮਕੌਰ ਸਾਹਿਬ ਦੇ ਪਿੰਡਾਂ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ 25 ਕਰੋੜ ਦੀ ਰਾਸ਼ੀ ਜਾਰੀ ਕੀਤੀ ਗਈ। ਇਸ ਮੌਕੇ ਮੋਰਿੰਡਾ ਦੇ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਹਰਕੀਤ ਸਿੰਘ ਨੇ ਦੱਸਿਆ ਕਿ ਬਲਾਕ ਮੋਰਿੰਡਾ ਦੇ ਵੱਖੋ ਵੱਖ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਕੁੱਲ 8,84,00,000 ਗ੍ਰਾਂਟ ਜੋ ਕਿ ਸਮਾਰਟ ਵਿਲੇਜ ਕੰਪੇਨ 2 ਅਧੀਨ ਜਾਰੀ ਕੀਤੀ ਗਈ। ਪਿੰਡਾਂ ਦੇ ਸਮਾਰਟ ਪਿੰਡ ਬਣਾਉਣ ਦਾ ਇੱਕ ਉਦਘਾਟਨ ਮਾਨਯੋਗ ਮੁੱਖ ਮੰਤਰੀ ਜੀ ਨੇ ਅਤੇ ਰਾਹੁਲ ਗਾਂਧੀ ਜੀ ਨੇ ਕੀਤਾ, ਜਿਹਦੇ ਤਹਿਤ ਸਾਰੇ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਹੋਣੇ ਹੈ, ਪਿੰਡਾਂ ਦੀ ਨੁਹਾਰ ਬਦਲਣੀ ਹੈ। ਹਲਕਾ ਚਮਕੌਰ ਸਾਹਿਬ ਵਾਸਤੇ 25 ਕਰੋੜ ਰੁਪਈਆ ਸਾਡੇ ਪਿੰਡਾਂ ਦੀ ਡਿਵੈਲਪਮੈਂਟ ਵਾਸਤੇ ਆਇਆ ਹੈ, ਵਿਕਾਸ ਦੇ ਕੰਮਾਂ ਵਾਸਤੇ ਜਿਹਦੇ ਕੰਮ ਸ਼ੁਰੂ ਹੋ ਰਹੇ ਹੈ। ਇਸ ਤੋਂ ਪਹਿਲਾਂ 15 ਕਰੋੜ ਰੁਪਈਆ ਅਸੀਂ 150 ਪਿੰਡਾਂ ਨੂੰ 10-10 ਲੱਖ ਰੁਪਈਆ ਟੋਭੇ ਅਤੇ ਗਲੀਆਂ ਨਾਲੀਆਂ ਦੀ ਉਸਾਰੀ ਵਾਸਤੇ ਭੇਜ ਚੁੱਕੇ ਹੈ ਅਤੇ ਨਾਲ ਹੀ ਇੱਕ ਹੋਰ 15 ਕਰੋੜ ਰੁਪਈਏ ਦੀ ਗ੍ਰਾਂਟ ਹੈ ਜਿਹੜੀ ਉਹ ਪਿੰਡਾਂ ਦੇ ਵਿੱਚ ਆ ਰਹੀ ਹੈ, ਜਿਹਦੇ ਨਾਲ ਹਲਕਾ ਚਮਕੌਰ ਸਾਹਿਬ ਦੇ ਪਿੰਡਾਂ ਦੀ ਕਾਇਆ ਪਲਟ ਹੋਣੀ ਹੈ। ਧਰਮਸ਼ਾਲਾਵਾਂ ਦਾ ਕੰਮ ਹੋਣਾ ਹੈ, ਗਲੀਆਂ ਨਾਲੀਆਂ ਦਾ ਕੰਮ ਹੋਣਾ ਹੈ, ਟੋਭਿਆਂ ਦਾ ਕੰਮ ਹੋਣਾ ਹੈ, ਫਿਰਨੀਆਂ ਦਾ ਕੰਮ ਹੋਣਾ ਹੈ। ਅਤੇ ਮੈਨੂੰ ਖੁਸ਼ੀ ਹੈ ਕਿ ਚਮਕੌਰ ਸਾਹਿਬ ਹਲਕੇ ਦੀਆਂ ਜਿਹੜੀਆਂ 20 ਸਾਲ ਤੋਂ ਸੜਕਾਂ ਨਹੀਂ ਸੀ ਬਣੀਆਂ, 25 ਸਾਲ ਤੋਂ ਨਹੀਂ ਸੀ ਬਣੀਆਂ, ਉਹ ਸਾਰਿਆਂ ਨੂੰ ਅਸੀਂ ਦੁਬਾਰੇ ਬਣਾ ਦਿੱਤਾ ਹੈ ਅਤੇ ਹੋਰ ਵੀ ਵਿਕਾਸ ਦੇ ਜਿਹੜੇ ਵੱਡੇ ਕੰਮ ਇਲਾਕੇ ਦੇ ਵਿੱਚ ਚੱਲ ਰਹੇ। ਸਰ, ਇੱਕ ਕਿਸਾਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਵਿਧਾਨ ਸਭਾ ਦੇ ਵਿੱਚ ਆਰਡੀਨੈਂਸ ਨੂੰ ਰੱਦ ਕਿਉਂ ਨਹੀਂ ਕਰ ਰਹੀ? ਕੇਂਦਰ ਸਰਕਾਰ ਨੇ ਪੰਜਾਬ ਅਤੇ ਪੰਜਾਬੀਅਤ 'ਤੇ ਖਾਸ ਤੌਰ 'ਤੇ ਕਿਸਾਨੀ 'ਤੇ, ਪੰਜਾਬ ਦੇ ਕਿਸਾਨਾਂ 'ਤੇ ਅਤੇ ਖੇਤ ਮਜ਼ਦੂਰ 'ਤੇ ਇੱਕ ਬਹੁਤ ਵੱਡਾ ਵਾਰ ਕੀਤਾ ਹੈ ਕਿ ਕਾਨੂੰਨ ਬਣਾ ਦਿੱਤਾ ਹੈ ਜਿਹਦੇ ਨਾਲ ਆਉਣ ਵਾਲੇ ਸਮੇਂ 'ਚ MSP ਜਿਹੜਾ ਕਿ ਫਸਲ ਦੀ ਸਹੀ ਅਤੇ ਪੂਰੀ ਕੀਮਤ ਮਿਲਦੀ ਸੀ ਅਤੇ ਕੇਂਦਰ ਸਰਕਾਰ ਉਸ ਫਸਲ ਨੂੰ ਖਰੀਦਦੀ ਸੀ, ਉਸ ਸਿਸਟਮ ਨੂੰ ਖਤਮ ਕਰਨ ਦਾ ਜਿਹੜਾ ਕਾਨੂੰਨ ਲਿਆਉਂਦਾ, ਇਸ ਕਾਨੂੰਨ ਨੂੰ ਰੱਦ ਕਰਨ ਵਾਸਤੇ ਕਾਲੇ ਕਾਨੂੰਨ ਜਿਹੜੇ ਕੇਂਦਰ ਸਰਕਾਰ ਨੇ ਅਕਾਲੀ ਦਲ ਅਤੇ BJP ਨੇ ਇਕੱਠੇ ਹੋ ਕੇ ਲਿਆਉਂਦੇ ਹੈ, ਇਹਨਾਂ ਨੂੰ ਰੱਦ ਕਰਨ ਵਾਸਤੇ 19 ਤਰੀਕ ਨੂੰ ਪਰਸੋਂ ਨੂੰ ਇੱਕ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਅਤੇ ਅਸੀਂ ਇਹ ਕਾਨੂੰਨਾਂ ਨੂੰ ਰੱਦ ਕਰਾਂਗੇ ਤਾਂ ਕਿ ਸਾਡੇ ਕਿਸਾਨਾਂ ਦਾ ਜਿਹੜਾ ਆਰਥਿਕ ਭਵਿੱਖ ਹੈ ਉਹ ਸਹੀ ਰਹਿ ਸਕੇ। ਕਲਾਰਾ ਨੇ ਆਏ ਸਰਪੰਚਾਂ ਅਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਪੱਤਰਕਾਰਾਂ ਵੱਲੋਂ ਕੀਤੇ ਸਵਾਲਾਂ ਦਾ ਜਵਾਬ ਦਿੰਦਿਆਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਸਦਕਾ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਕੀਤਾ ਜਾਵੇ। ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਬੰਦ ਕੀਤੇ ਦਲਿਤ ਵਿਦਿਆਰਥੀਆਂ ਦਾ ਵਜ਼ੀਫਾ ਸਕੀਮ ਨੂੰ ਪੰਜਾਬ ਸਰਕਾਰ ਆਪਣੇ ਪੱਧਰ ਤੇ ਲਾਗੂ ਕਰੇਗੀ ਅਤੇ ਲੜਕੀਆਂ ਨੂੰ ਸਰਕਾਰੀ ਨੌਕਰੀਆਂ ਵਿੱਚ 33% ਕੋਟਾ ਦੇਣ ਦਾ ਫੈਸਲਾ ਕੀਤਾ ਜਾਵੇਗਾ। ਸੈਂਸ ਦਿੱਤੀ ਹੋਈ ਹੈ, ਉੱਥੇ ਉਹਨਾਂ ਨੇ ਸਕਾਲਰਸ਼ਿਪ ਸਕੀਮ ਚਾਲੂ ਕੀਤੀ ਹੋਈ ਸੀ ਜਿਹਦੇ ਨਾਲ ਵਜ਼ੀਫੇ ਦੇ ਨਾਲ ਬੱਚਾ ਪੜ੍ਹਦਾ ਸੀ, ਲੇਕਿਨ ਮੋਦੀ ਦੀ ਸਰਕਾਰ ਨੇ ਆ ਕੇ ਇਹ ਵਜ਼ੀਫਾ ਬਿਲਕੁਲ ਬੰਦ ਕਰ ਦਿੱਤਾ। ਇਸ ਲਈ ਤਾਂ ਕਿ ਬੱਚਿਆਂ ਦਾ ਭਵਿੱਖ ਸਹੀ ਰਹੇ, ਆਉਣ ਵਾਲੇ ਸਮੇਂ 'ਚ ਦਲਿਤ ਬੱਚੇ ਵੀ ਪੜ੍ਹਾਈ ਕਰ ਸਕਣ, ਪੰਜਾਬ ਸਰਕਾਰ ਆਪਣੀ ਇੱਕ ਸਕੀਮ ਲੈ ਕੇ ਆਈ ਹੈ ਜਿਹਦੇ ਨਾਲ 10ਵੀਂ ਤੋਂ ਲੈ ਕੇ PhD ਤੱਕ ਦੀ ਜਿਹੜੀ ਪੜ੍ਹਾਈ ਹੈ ਉਹ ਫ੍ਰੀ ਕਰਾਈ ਜਾਏਗੀ ਦਲਿਤ ਬੱਚਿਆਂ ਨੂੰ, ਸ਼ਡਿਊਲ ਕਾਸਟ ਬੱਚਿਆਂ ਨੂੰ। ਕਿਸੇ ਵੀ ਬੱਚੇ ਨੂੰ ਪੜ੍ਹਾਈ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਏਗਾ, ਇੱਕ ਵੀ ਪੈਸਾ ਨਹੀਂ ਉਹਨਾਂ ਦਾ ਲੱਗੇਗਾ, ਉਲਟਾ ਉਹਨਾਂ ਨੂੰ ਆਉਣ ਜਾਣ ਦਾ ਖਰਚਾ ਅਤੇ ਜੇਬ ਖਰਚਾ ਵੀ ਸਰਕਾਰ ਵੱਲੋਂ ਮੁਹੱਈਆ ਕਰਾਇਆ ਜਾਇਆ ਕਰੇਗਾ। ਇਹਦੀ ਸਕੀਮ ਅਸੀਂ ਲਾਗੂ ਕਰ ਦਿੱਤੀ ਹੈ, ਇਸੇ ਸਾਲ ਤੋਂ ਲਾਗੂ ਹੋਣੀ ਹੈ। ਕਈਆਂ ਨੇ ਭੁਲੇਖਾ ਪਾਤਾ ਸੀ ਕਿ ਸ਼ਾਇਦ ਅਗਲੇ ਸਾਲ ਤੋਂ ਲਾਗੂ ਹੋਣੀ, ਇਹ ਇਸ ਸਾਲ ਤੋਂ ਲਾਗੂ ਹੋ ਚੁੱਕੀ ਹੈ। ਜਿੰਨੇ ਵੀ ਬੱਚੇ ਜਿਨ੍ਹਾਂ ਦੀ ਆਮਦਨ 4 ਲੱਖ ਤੱਕ ਹੈ ਉਹਨਾਂ ਦੇ ਬੱਚੇ, ਕਿਉਂਕਿ ਪਹਿਲਾਂ 2.5 ਲੱਖ ਤੱਕ ਦੀ ਸਕੀਮ ਕੇਂਦਰ ਸਰਕਾਰ ਦੀ ਸੀ, ਲੇਕਿਨ ਹੁਣ ਮਹਿੰਗਾਈ ਹੋ ਗਈ ਹੈ, ਪੰਜਾਬ ਸਰਕਾਰ ਦੀ ਜੋ
स्कीम आई है जो कैप्टन अमरिंदर सिंह जी ने और कैबिनेट ने पास की है, राहुल गांधी जी ने उन्होंने लॉन्च किया, उसके विच 4 लाख तक की आमदन का जिहड़ा दलित बच्चा है उन्हां सारिआं दीआं फीसां टोटल है जिहड़ीआं ओह सरकार वल्लों दित्तीआं जाणगीआं पंजाब सरकार देगी। सर एक कांग्रेस मैनिफेस्टो दे विच इक वादा सी लड़कियां लई कि रोज़गार दे विच उन्हां 33% से तजर्बे किसे मिलेगा, कदों लागू होगा जी? पंजाब सरकार दे विच आउण तों पहलां कांग्रेस पार्टी ने लड़कियां लई औरतां लई एक वादा कीता सी कि तुहानूं ऐसी वक्खरा राखवां करन देवांगे, सो हुण उह वादा पूरा कर दित्ता है। 50,000 नौकरियां सरकार कढ़न जा रही है, 50,000 अगले साल सरकारी नौकरियां निकलनियां, 1 लाख सरकारी नौकरी असीं देनी है, तो उहदे चों 33% जिहड़ियां नौकरियां हर महकमे च, चाहे वह पुलिस है, चाहे वह तहसील है, चाहे वह पटवारी लगने है, चाहे वह इंस्पैक्टर लगने, हर विभाग के हर पोस्ट पर 33% कुड़ियों को भर्ती किया जाएगा। यह कुड़ियों वास्ते लड़कियों वास्ते बहुत ही खुशखबरी है, हर वर्ग दियां लड़कियां 33% लिया जाएंगी। चढ़ती कला टाइम टीवी मोरिंडा तो गुरमीत सिंह चोपड़ा की रिपोर्ट।